ਇੱਕ ਇਮਾਨਦਾਰ ਤੇ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਤੀਨ ਦੁਖੀਆਂ ਦੀ ਸੇਵਾ ਕਰਨ ਵਾਲੇ ਸਰਦਾਰ ਲਕਸ਼ਮਣ ਸਿੰਘ ਕੋਲੀਆ ਦੀ 20ਵੀਂ ਬਰਸੀ ਕਰਵਾਈ ਗਈ। ਇਸ ਸਮੇਂ ਪਾਰਤਾ ਪੋਗ ਗੁਰਦੁਆਰਾ ਸਾਹਿਬ ਵਿਖੇ ਪਾਇਆ ਗਿਆ, ਜਿਸ ਵਿੱਚ ਅਨੇਕਾਂ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਈਆਂ। ਇਸ ਸਮੇਂ ਰਾਗੀ ਜਥਿਆਂ ਨੇ ਕੀਰਤਨ ਨਾਲ ਜੋੜਿਆ ਅਤੇ ਇਸ ਤੋਂ ਉਪਰੰਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। Thank you.
पवित्र आत्मा पवित्र आत्मा सत्कारयोग कामरेड लक्ष्मण सिंह जी याद विच पावन श्री गुरु ग्रंथ साहब जी हजूरी विच 71 साध संग जी वाहगुरु जी का खालसा श्री वाहगुरु जी की फतेह। अज असी उस महान शख्सियत की याद विच इकट्ठे हुए हैं जिसने सिर अपना परिवार ही नहीं सवारिया, अपने बच्चों नूं ही सिक्ख्या नहीं दिती दवाई, उन्हां नूं ही जीवन रहन योग बनाया, सगों उन्हां ने नाल दी नाल समाज की सेवा भी की। सरदार लक्ष्मण सिंह जी CPI के सरगर्म वर्कर सन और जिन्ना चिर उन्हां दा जीवन रहा वह CPI के हमदर्द रहे। उन्हां दे भाई साहब सत्कारयोग कामरेड गुलजार सिंह जी घोलिया दा नां असीं सारे जानदे हां, किन्नी उन्हां दी देश लई कुरबानी सी कोई नहीं उन्हां तों भुलिया। उन्हां दी जो कुरबानी सी, जो उन्हां ने आम सधारण लोगों लई किरती मजदूर किसानां लई कीता, उस दे पिछे कामरेड लक्ष्मण सिंह दा हथ सी। जदों उन्हां दे वारंट हुंदे सी जां उह जेल विच जांदे सी तां कामरेड लक्ष्मण सिंह सी जिहड़ा सारे परिवार नूं सांभदा सी। इस दे नाल नाल सारे भाईचारे नूं ਇਹ ਸੇਧ ਦਿੰਦੇ ਸਨ। ਅਤੇ ਇਹੀ ਕਾਰਨ ਹੈ ਕਿ ਅੱਜ ਸਾਡੇ ਭਾਈਚਾਰੇ ਵਿੱਚੋਂ ਲਗਭਗ 10-12 +1 ਅਫਸਰ ਹਨ। ਇਹ ਇਹਨਾਂ ਬਜ਼ੁਰਗਾਂ ਦੀ ਸਿਆਣਿਆਂ ਦੀ ਸੇਧ ਸੀ, ਇਹਨਾਂ ਦੀ ਸੇਧ ਕਰਕੇ ਹੀ ਇਹਨਾਂ ਨੇ ਤਰੱਕੀ ਕੀਤੀ। ਇਹਨਾਂ ਦਾ ਵੱਡਾ ਲੜਕਾ ਸਰਦਾਰ ਸਰਦਾਰ ਮੇਜਰ ਸਿੰਘ ਐਕਸੀਡੈਂਟ ਰਿਟਾਇਰ ਹੋਏ ਹਨ। ਉਹਨਾਂ ਦੇ ਉਸ ਤੋਂ ਛੋਟੇ ਲੜਕੇ ਸਰਦਾਰ ਗੇਜਰ ਸਿੰਘ ਡਿਪਟੀ GM ਰਿਟਾਇਰ ਹੋਏ ਹਨ। ਇੱਕ ਲੜਕਾ ਉਹਨਾਂ ਦਾ ਸਵਰਗੀ ਰੂਪ ਸਿੰਘ ਮਾਸਟਰ ਸੀ, ਐਜੂਕੇਸ਼ਨ ਡਿਪਾਰਟਮੈਂਟ ਵਿੱਚ ਉਹ ਸੇਵਾ ਕਰਦਾ ਸੀ, ਉਹ ਪਰਮਾਤਮਾ ਨੂੰ ਪਿਆਰਾ ਹੋ ਗਿਆ। ਉਹਨਾਂ ਦੇ ਬੱਚੇ ਆ ਜਿਹੜੇ ਉਹ ਬੜੀਆਂ ਚੰਗੀਆਂ ਟ੍ਰੇਨਿੰਗਾਂ, ਇੱਕ ਛੋਟਾ ਲੜਕਾ ਇੰਜੀਨੀਅਰਿੰਗ ਦੀ ਟ੍ਰੇਨਿੰਗ ਬਠਿੰਡੇ ਕਰ ਰਿਹਾ ਹੈ, ਉਸ ਤੋਂ ਪਰਿਵਾਰ ਨੂੰ ਬੜੀਆਂ ਆਸਾਂ ਹਨ। ਮੱਖਣ ਸਿੰਘ ਪਿੰਡ ਵਿੱਚ ਰਹਿੰਦਾ ਹੋਇਆ ਉਸਨੇ ਆਪਦਾ ਵਕਾਰ ਪਿੰਡ ਵਿੱਚ ਬਣਾਇਆ ਹੋਇਆ ਹੈ, ਕਾਂਗਰਸ ਪਾਰਟੀ ਦਾ ਸਰਗਰਮ ਵਰਕਰ ਹੈ। ਇਹ ਵੀ ਉਹ ਬਜ਼ੁਰਗਾਂ ਦੀ ਸੇਧ ਕਾਰਨ ਹੀ ਹੈ।